ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਪੰਜਾਬ ਸਰਕਾਰ ਦੇ ਇਲਾਜ ਮਾਡਲ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਪਹਿਲਾਂ 3 ਦਿਨ ਹੜਤਾਲ ਕੀਤੀ ਔਰ ਹੁਣ 15 ਤਰੀਕ ਤੱਕ ਅੱਗੇ ਵਧਾਉਣੀ ਪਈ, ਕਿਉਂਕਿ ਪਿਛਲੇ ਦਿਨੀ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਸਰਕਾਰ ਨੇ ਗੱਲਾਂ ਬਹੁਤ ਕੀਤੀਆਂ ਪਰ ਕੀਤਾ ਕਤਰਿਆ ਕੁਝ ਨਹੀਂ ਹੈ। ਅਤੇ ਆਪਣੇ ਨਾਲ ਅੱਜ ਸਿਵਲ ਹਸਪਤਾਲ ਫਰੀਦਕੋਟ ਦੇ ਡਾਕਟਰ ਸਾਹਿਬ ਮੌਜੂਦ ਨੇ, ਹੜਤਾਲ 'ਤੇ ਨੇ ਔਰ ਇਹਨਾਂ ਦੀ ਹੜਤਾਲ ਇਕੱਲੀ ਡਾਕਟਰਾਂ ਲਈ ਨਹੀਂ ਹੈ, ਇਹਨਾਂ ਦੀ ਹੜਤਾਲ ਮਰੀਜ਼ਾਂ ਲਈ ਵੀ ਹੈ, ਸਾਰਿਆਂ ਲਈ ਹੈ। ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ, ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਹੜਤਾਲ 'ਤੇ ਹੋ ਅਤੇ ਅੱਗੇ ਕਿਉਂ ਵਧਾਉਣੀ ਪਈ ਹੈ? ਸਾਡੀਆਂ ਮੁੱਖ 3 ਮੰਗਾਂ 'ਚ ਜੀ, ਪਹਿਲੀ ਮੰਗ ਹੈ ਸਿਕਿਉਰਿਟੀ ਦੀ ਜੀ, ਕਿਉਂਕਿ ਤੁਸੀਂ ਵੀ ਦੇਖਿਆ ਕਿ ਦਿਨ ਰਾਤ ਸਾਡੇ ਸਟਾਫ ਆ, ਫੀਮੇਲ ਸਟਾਫ ਡਿਊਟੀ 'ਤੇ ਹੁੰਦਾ, ਉਹਨਾਂ ਨਾਲ ਕਿੰਨੀਆਂ ਮਿਸ ਹੈਪਨਿੰਗ ਹੋਈਆਂ। ਕਲਕੱਤਾ ਵਾਲੀ ਉਦਾਹਰਣ ਲੈ ਲਓ, ਉਸ ਵਿਸ਼ੇ 'ਤੇ ਸਾਨੂੰ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਇੱਕ ਸਾਡੀ ਟਾਈਮਲੀ ਪ੍ਰਮੋਸ਼ਨ ਜਿਹਨੂੰ ACP ਕਹਿੰਦੇ ਜੀ, ਜਿਹਦੇ ਵਿੱਚ SMO ਸਿਵਲ ਸਰਜਨ ਜਾਂ ਅੱਗੇ ਦੀਆਂ ਜਿਹੜੀਆਂ ਉੱਚ ਪਦਵੀਆਂ ਦਿੱਤੀਆਂ ਟਾਈਮਲੀ ਉਹ ਦਿੱਤੀਆਂ ਜਾਣ। ਤੀਜੀ ਸਾਡੀ ਮੰਗ ਹੈ ਕਿ ਰੈਗੂਲਰ ਭਰਤੀ ਹੋਣੀ ਚਾਹੀਦੀ ਹੈ ਜੀ। ਸਾਡੀਆਂ ਬਹੁਤ ਸਾਰੀਆਂ 4200 ਦੇ ਲਗਭਗ ਸਾਡੀਆਂ ਇੱਥੇ ਪੋਸਟਾਂ ਖਾਲੀ ਹੋਈਆਂ ਪਈਆਂ, ਜਿਨ੍ਹਾਂ ਦੇ ਵਿੱਚੋਂ ਹਜੇ ਸਰਕਾਰ ਬਹੁਤ 400 ਹੀ ਪੋਸਟਾਂ ਭਰੀਆਂ ਜੀ। ਅੱਛਾ, ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ, ਮਤਲਬ ਸਰਕਾਰੀ ਹਸਪਤਾਲਾਂ 'ਚ ਕਰੀਬ 4200 ਪੋਸਟਾਂ ਖਾਲੀ ਪਈਆਂ ਹਾਂ ਜੀ। ਇਹ ਤਾਂ 1991 ਦੀ ਗੱਲ ਹੈ ਜੀ, ਉਦੋਂ ਬਾਅਦ ਹਜੇ ਹਸਪਤਾਲ ਅਪਗ੍ਰੇਡ ਵੀ ਹੋਏ ਆ, ਜਿਹੜੇ 30 ਬੈੱਡ ਦੇ ਹਸਪਤਾਲ ਸੀ ਉਹ 50 ਬੈੱਡ ਦੇ ਬਣ ਗਏ। ਮਤਲਬ ਡਾਕਟਰਾਂ ਦੀਆਂ ਪੋਸਟਾਂ ਹੋਰ ਕ੍ਰੀਏਟ ਕਰਨ ਦੀ ਵੀ ਲੋੜ ਹੈ, ਬਿਲਕੁਲ ਜ਼ਰੂਰਤ ਹੈ। ਇਹ ਹੀ 3 ਮੰਗਾਂ ਸਾਡੀਆਂ ਜੀ, ਅਤੇ ਇਹੀ 3 ਮੰਗਾਂ ਦੇ ਮੁੱਦੇ 'ਤੇ ਗੱਲ ਵੀ ਹੋਈ ਸਰਕਾਰ ਨਾਲ। ਸਰਕਾਰ ਨੇ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਸਾਨੂੰ ਕਾਗਜ਼ਾਂ 'ਚ ਕੁਛ ਵੀ ਨਹੀਂ ਦਿੱਤਾ ਗਾ, ਜ਼ਬਾਨੀ ਕਲਾਮੀ ਸਾਰਾ ਕੁਛ ਦੇਤਾ। ਉਹ ਕਹਿੰਦੇ ਸੀ ਅੱਜ ਕਰਦੇ ਕੱਲ੍ਹ ਕਰਦੇ, ਹਜੇ ਤੱਕ ਇਸ ਤਰ੍ਹਾਂ ਸਾਨੂੰ ਕੁਛ ਵੀ ਨਹੀਂ ਪ੍ਰਾਪਤ ਹੋਇਆ ਗਾ, ਜਿਹਦੇ ਬੇਸ 'ਤੇ ਅਸੀਂ ਆਪਣੀ ਹੜਤਾਲ ਵਾਪਸ ਲੈ ਲਈਏ ਸੀ। ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਟੋਟਲ ਪੰਜਾਬ 'ਚ ਕਿੰਨੇ ਕੁ ਪ੍ਰਸੈਂਟ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ? ਦੇਖੋ ਜੀ, ਜੇ ਅਸੀਂ ਪੁਰਾਣੇ ਡਾਟੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਪੈਸ਼ਲਿਸਟ ਡਾਕਟਰਾਂ ਦੀਆਂ 55 ਤੋਂ 56% ਪੋਸਟਾਂ ਖਾਲੀ ਪਈਆਂ ਅਤੇ MBBS ਡਾਕਟਰਾਂ ਦੀਆਂ 50 ਤੋਂ 55 ਦੇ ਪ੍ਰਸੈਂਟ ਦੇ ਹਿਸਾਬ ਨਾਲ ਖਾਲੀ ਪਈਆਂ। ਇਹ ਪੁਰਾਣੇ ਡਾਟੇ ਦੀ ਗੱਲ ਹੋ ਰਹੀ ਹੈ, ਜਦੋਂ ਕਿ ਉਸ ਤੋਂ ਬਾਅਦ ਜਿਹੜੇ ਹਸਪਤਾਲ ਆ ਉਹ ਵੀ ਅਪਗ੍ਰੇਡ ਹੋ ਗਏ, ਹੋਰ ਪੋਸਟਾਂ ਨਹੀਂ ਕ੍ਰੀਏਟ ਹੋਈਆਂ, ਬਲਕਿ ਇਹੀ ਨਹੀਂ ਭਰੀਆਂ ਗਈਆਂ ਹਲੇ ਜੀ। ਸੋ ਇਸ ਕਰਕੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਹਸਪਤਾਲਾਂ ਨੂੰ ਅਸੀਂ ਬਚਾਈਏ, ਕਾਰਪੋਰੇਟ ਹਸਪਤਾਲਾਂ ਵਿੱਚ ਇਹਨਾਂ ਨੂੰ ਕਨਵਰਟ ਨਾ ਹੋਣ ਦਈਏ। ਇਹ ਸਰਕਾਰੀ ਹਸਪਤਾਲ ਨੇ, ਆਮ ਲੋਕਾਂ ਲਈ ਬਣੇ ਨੇ ਅਤੇ ਡਾਕਟਰਾਂ ਨੂੰ ਇੱਥੇ ਰਿਟੇਨ ਕਰਨ ਲਈ, ਲੋਕਾਂ ਦਾ ਅਤੇ ਹਸਪਤਾਲਾਂ ਦਾ ਬੋਝ ਘਟਾਉਣ ਲਈ, ਡਾਕਟਰਾਂ ਦਾ ਬੋਝ ਘਟਾਉਣ ਲਈ ਇਹਨਾਂ ਪੋਸਟਾਂ ਦਾ ਕ੍ਰੀਏਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ, ਜਿਹੜੇ ਡਾਕਟਰ ਭਰਤੀ ਕੀਤੇ ਜਾ ਰਹੇ ਨੇ, ਕੀ ਉਹ ਰੈਗੂਲਰ ਬੇਸਿਸ ਭਰਤੀ ਹੋ ਰਹੀ ਹੈ ਪਿਛਲੇ ਟਾਈਮ ਤੋਂ, ਜਾਂ ਉਹ ਵੀ ਟੈਂਪਰੇਰੀ ਕੰਮ ਹੀ ਚਲਾਇਆ ਜਾ ਰਿਹਾ? ਦੇਖੋ, ਸਰਕਾਰ ਸਮੇਂ-ਸਮੇਂ 'ਤੇ ਪੋਸਟਾਂ ਤਾਂ ਕੱਢਦੀ ਹੈ, ਲੇਕਿਨ ਅਗਰ ਡਾਕਟਰਾਂ ਨੂੰ ਕੋਈ ਉਹਦੇ ਵਿੱਚ ਕੁਛ ਦਿਸਦਾ ਹੋਊਗਾ, ਪ੍ਰਾਈਵੇਟ ਨਾਲੋਂ ਕੁਛ ਇੱਥੇ ਬ੍ਰਾਈਟ ਫਿਊਚਰ ਦਿਸਦਾ ਹੋਊਗਾ, ਫਿਰ ਹੀ ਉਹ ਰਿਟੇਨ ਕਰਨਗੇ ਨਾ। ਇਹੀ ਤਾਂ ਅਸੀਂ ਗੱਲ ਸਰਕਾਰ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ 4 ਨੌਂ 14 ਜੋ ਸਾਡਾ ਸਮਾਂ ਬਾਅਦ ਤਰੱਕੀਆਂ ਹੈ, ਜੇ ਉਹ ਦਿਓਗੇ ਤਾਂ ਡਾਕਟਰਾਂ ਨੇ ਇੱਥੇ ਰਹਿਣਾ ਹੈ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਡਾਕਟਰ ਛੱਡ ਕੇ ਜਾਂਦੇ ਆ ਅਤੇ ਪ੍ਰਾਈਵੇਟ ਹਸਪਤਾਲ ਜੁਆਇਨ ਕਰ ਲੈਂਦੇ ਆ। ਉਹ ਤਾਂ ਕਰਦੇ ਆ ਕਿਉਂਕਿ ਇੱਥੇ ਉਹਨਾਂ ਨੂੰ ਕੁਛ ਨਜ਼ਰ ਨਹੀਂ ਆਉਂਦਾ। ਜੇਕਰ ਅਸੀਂ ਉਹਨਾਂ ਨੂੰ ਸਮਾਂ ਬਾਅਦ ਤਰੱਕੀਆਂ ਦੇਵਾਂਗੇ ਤਾਂ ਹਰ ਇੱਕ ਡਾਕਟਰ ਇੱਥੇ ਬਣੇਗਾ, ਇੱਥੇ ਰਹੇਗਾ, ਇੱਥੇ ਸੇਵਾ ਕਰੇਗਾ। ਇੱਕ SMO ਨੂੰ ਬਣਨ ਦੇ ਵਿੱਚ 20 ਸਾਲ ਦਾ ਸਮਾਂ ਲੱਗ ਜਾਂਦਾ ਹੈ, ਤਾਂ ਇੰਨਾ ਸਮਾਂ ਅਗਰ ਕੋਈ ਡਾਕਟਰ ਇੱਥੇ ਕੰਮ ਕਰਕੇ SMO ਬਣੇਗਾ, ਪ੍ਰਮੋਸ਼ਨ ਲਏਗਾ, ਤਾਂ ਕਿਉਂ ਇੱਥੇ ਰਹੇਗਾ? ਉਹਦੀ ਸਮਾਂ ਬਾਅਦ ਤਰੱਕੀ ਹੋਣੀ ਚਾਹੀਦੀ ਹੈ, ਜੋ 4 ਨੌਂ 14 ਹੈ ਉਹਦੇ ਵਿੱਚ ਤਰੱਕੀਆਂ ਹੋਣੀਆਂ ਚਾਹੀਦੀਆਂ, ਤਾਂ ਹੀ ਡਾਕਟਰ ਜਿਹੜੇ ਅਸੀਂ ਰਿਟੇਨ ਕਰ ਸਕਦੇ ਹਾਂ ਅਤੇ ਇਹਨਾਂ ਸਰਕਾਰੀ ਹਸਪਤਾਲਾਂ ਨੂੰ ਲੋਕ ਹਿੱਤ ਵਿੱਚ, ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸਟ੍ਰਾਈਕ ਕਰ ਰਹੇ ਹਾਂ। ਅਸੀਂ ਇਕੱਲੀ ਸਟ੍ਰਾਈਕ ਆਪਣੇ ਲਈ ਨਹੀਂ ਕਰ ਰਹੇ, ਅਸੀਂ ਲੋਕਾਂ ਲਈ ਵੀ ਸਟ੍ਰਾਈਕ ਕਰ ਰਹੇ ਹਾਂ ਕਿ ਲੋਕਾਂ ਦੇ ਹਸਪਤਾਲਾਂ ਨੂੰ ਬਚਾਇਆ ਜਾ ਸਕੇ। ਬਿਲਕੁਲ, ਇਹ ਗੱਲ ਠੀਕ ਹੈ। ਜੇਕਰ ਇਹ ਡਾਕਟਰ ਸਿਕਿਉਰਿਟੀ ਦੀ ਗੱਲ ਕਰਦੇ ਆ, ਸੁਰੱਖਿਆ ਦੀ ਗੱਲ ਕਰਦੇ ਆ, ਤਾਂ ਉਹ ਸੁਰੱਖਿਆ ਇਕੱਲੀ ਡਾਕਟਰਾਂ ਲਈ ਨਹੀਂ ਹੈਗੀ, ਉਹ ਮਰੀਜ਼ਾਂ ਲਈ ਵੀ ਹੈ।
ਕਿਉਂਕਿ ਤੁਸੀਂ ਦੇਖੋ ਕਈ ਵਾਰ ਖਬਰਾਂ ਆਪਾਂ ਮੀਡੀਆ ਦੇ ਵਿੱਚ ਦਿੰਦੇ ਹਾਂ ਕਿ ਫਲਾਣੇ ਹਸਪਤਾਲ 'ਚੋਂ ਨਵ ਜੰਮਿਆ ਬੱਚਾ ਚੋਰੀ ਹੋ ਗਿਆ, ਫਲਾਣੇ ਹਸਪਤਾਲ 'ਚ ਮਰੀਜ਼ ਦੇ ਉੱਪਰ ਆ ਕੇ ਹਮਲਾ ਕਰ ਦਿੱਤਾ ਗਿਆ, ਤਾਂ ਜੇਕਰ ਸੁਰੱਖਿਆ ਹੋਊਗੀ ਤਾਂ ਇਕੱਲੇ ਡਾਕਟਰਾਂ ਦੀ ਨਹੀਂ ਮਰੀਜ਼ਾਂ ਦੀ ਵੀ ਹੋਊਗੀ। ਇਸ ਕਰਕੇ ਐਂਟਰੀ ਗੇਟ ਤੋਂ ਲੈ ਕੇ ਵਾਰਡਾਂ ਦੇ ਅੰਦਰ ਤੱਕ ਸਿਕਿਉਰਿਟੀ ਦੀ ਲੋੜ ਹੈ। ਇੱਥੇ ਜਿਹੜੀਆਂ ਲੇਡੀਜ਼ ਡਾਕਟਰ ਖੜੀਆਂ ਨੇ, ਪਿਛਲੇ ਲਗਭਗ ਇੱਕ ਹਫ਼ਤੇ ਦੇ ਵਿੱਚ ਇੱਕ ਘਟਨਾ ਮੋਹਾਲੀ ਦੇ ਵਿੱਚ, ਇੱਕ ਲੁਧਿਆਣੇ ਦੇ ਵਿੱਚ ਵਾਪਰੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸ਼ਰੇਆਮ ਆ ਕੇ ਅਤੇ ਡਾਕਟਰਾਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ। ਆਪਾਂ ਗੱਲ ਕਰਦੇ ਹਾਂ, ਮੈਡਮ ਤੁਸੀਂ ਇੱਕ ਡਾਕਟਰ ਹੋ ਤਾਂ ਕਿੰਨੀ ਕੁ ਸਿਕਿਉਰਿਟੀ ਦੀ, ਸੁਰੱਖਿਆ ਦੀ ਲੋੜ ਮਹਿਸੂਸ ਹੁੰਦੀ ਹੈ? ਹਾਂਜੀ, ਜ਼ਰੂਰਤ ਤਾਂ ਹੁੰਦੀ ਹੈ, ਜਿਵੇਂ ਨਾਈਟ ਡਿਊਟੀ 'ਤੇ ਆਉਣਾ ਪੈਂਦਾ, ਈਵਨਿੰਗ ਡਿਊਟੀ 'ਤੇ ਆਉਣਾ ਪੈਂਦਾ, ਈਵਨਿੰਗ ਡਿਊਟੀ ਤੋਂ ਵਾਪਸ ਜਾਣਾ ਪੈਂਦਾ, ਉਦੋਂ ਵੀ ਕਈ ਵਾਰ ਪੇਸ਼ੈਂਟ ਹੀ ਉੱਦਾਂ ਦੇ ਹੁੰਦੇ ਵਾਰਡ 'ਚ ਐਡਮਿਟ, ਐਮਰਜੈਂਸੀ ਕੇਸਿਸ ਹੁੰਦੇ ਆ, ਉਦੋਂ ਵੀ ਜ਼ਰੂਰਤ ਪੈਂਦੀ ਹੈ। ਕਈ ਵਾਰ ਇਕੱਠਾ ਮੌਬ ਆ ਜਾਂਦਾ ਅੰਦਰ ਐਮਰਜੈਂਸੀ ਦੇ ਵਿੱਚ, ਉਦੋਂ ਵੀ ਜ਼ਰੂਰਤ ਹੁੰਦੀ ਹੈ ਸਿਕਿਉਰਿਟੀ ਦੀ, ਕਿਉਂਕਿ ਅਸੀਂ ਹੈਂਡਲ ਉਵੇਂ ਕਰਨਾ ਹੁੰਦਾ, ਉੱਦਾਂ ਪ੍ਰੈਸ਼ਰਾਈਜ਼ ਫੀਲ ਹੁੰਦਾ ਫਿਰ ਇੰਨੇ ਜਣਿਆਂ ਦੇ ਆਉਂਦੇ ਆ। ਜੀ, ਤੁਸੀਂ ਸੁਣਿਆ ਡਾਕਟਰ ਕਹਿੰਦੇ ਨੇ ਕਿ ਸਿਕਿਉਰਿਟੀ ਦੀ ਵੱਡੀ ਲੋੜ ਹੈ, ਤਾਂ ਮੈਨੂੰ ਲੱਗਦਾ ਡਾਕਟਰ ਨਹੀਂ ਕਹਿੰਦੇ, ਇਹ ਤਾਂ ਸਰਕਾਰ ਨੂੰ ਆਪ ਨੂੰ ਸਮਝ ਹੈ। ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ ਇਹ ਕਹਿੰਦੀ ਹੈ ਕਿ ਸਾਡਾ ਪੂਰਾ ਜ਼ੋਰ ਸਿੱਖਿਆ 'ਤੇ ਹੈ ਅਤੇ ਸਿਹਤ 'ਤੇ ਹੈ, ਤਾਂ ਫਿਰ ਸਿਹਤ ਦਾ ਹਾਲ ਕੀ ਹੈ? ਤੁਸੀਂ ਸੁਣ ਰਹੇ ਹੋ ਕਿ ਅੱਧੇ ਨਾਲੋਂ ਵੱਧ ਤਾਂ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ, ਇਹ ਕੈਸੀ ਸਿਹਤ ਹੈ? ਵੇਖੋ, ਇਸ ਹਸਪਤਾਲ ਦੇ ਵਿੱਚ ਜਿੱਥੇ ਫਰੀਦਕੋਟ 'ਚ ਅਸੀਂ ਖੜ੍ਹੇ ਹਾਂ, ਇਸ ਹਸਪਤਾਲ ਦੇ ਵਿੱਚ ਕੋਈ ਵੀ ਸੀਟੀ ਸਕੈਨ ਕਰਨ ਵਾਲਾ, ਕੋਈ ਵੀ ਇੱਥੇ ਜਿਹੜਾ ਅਲਟਰਾਸਾਊਂਡ ਕਰਨ ਵਾਲਾ ਜਾਂ ਐਕਸਰੇ ਕਰਨ ਵਾਲਾ ਰੇਡੀਓਲੋਜਿਸਟ ਡਾਕਟਰ ਹੈ ਹੀ ਨਹੀਂ ਹੈ। ਜਦੋਂ ਰੇਡੀਓਲੋਜੀ ਦਾ ਡਿਪਾਰਟਮੈਂਟ ਖਾਲੀ ਪਿਆ, ਤਾਂ ਕਿਹੜਾ ਡਾਕਟਰ ਉਹ ਟੈਸਟ ਕਰੇਗਾ ਅਤੇ ਕਿਵੇਂ ਉਹ ਅਥੈਂਟਿਕ ਰਿਪੋਰਟ ਬਣੇਗੀ? ਸੋ ਜੇਕਰ ਇਹ ਹਾਲ ਹੈ, ਤਾਰਾਂ ਵੱਡੀਆਂ ਨੇ, ਅਮਲ ਕਿਤੇ ਨਜ਼ਰ ਨਹੀਂ ਆਉਂਦਾ, ਪ੍ਰਚਾਰ ਵੱਡਾ ਅਤੇ ਰਫ਼ਤਾਰ ਬਹੁਤ ਛੋਟੀ ਹੈ, ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਮਰੀਜ਼ ਪਰੇਸ਼ਾਨ ਹੋ ਰਹੇ ਨੇ, ਇੱਧਰ ਡਾਕਟਰ ਪਰੇਸ਼ਾਨ ਹੋ ਰਹੇ ਨੇ। ਪੰਜਾਬ ਸਰਕਾਰ ਜਿਹੜੀ ਹੈ ਉਹ ਹਰਿਆਣੇ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੀ ਹੈ ਕਿ ਪੰਜਾਬ ਵਰਗਾ ਹਰਿਆਣਾ ਬਚਾਉਣ ਲਈ ਸਾਨੂੰ ਵੋਟਾਂ ਪਾਓ, ਪਰ ਪੰਜਾਬ 'ਚ ਕੀ ਹਾਲ ਹੈ? ਦੇਖੋ, ਬਾਕੀ ਜੋ ਗੱਲਾਂ ਹੋਈਆਂ ਸੀ ਇਨਕਲਾਬ ਦੀਆਂ, ਕ੍ਰਾਂਤੀ ਦੀਆਂ, ਬਦਲਾਅ ਦੀਆਂ, ਉਹਨੂੰ ਜੇ ਪਾਸੇ ਛੱਡ ਦਈਏ, ਤਾਂ ਸਿਹਤ ਅਤੇ ਸਿੱਖਿਆ ਦੀ ਗੱਲ ਜ਼ਰੂਰ ਕੀਤੀ ਸੀ, ਅੱਜ ਵੀ ਦਾਅਵਾ ਇਸ ਗੱਲ ਦਾ। ਕੱਲ੍ਹ ਡਾਕਟਰਾਂ ਦੇ ਨਾਲ ਮੀਟਿੰਗ ਕੀਤੀ ਸਿਹਤ ਮੰਤਰੀ ਬਲਬੀਰ ਸਿੰਘ ਹੋਰਾਂ ਨੇ, ਡਾਕਟਰ ਕਹਿੰਦੇ ਨੇ ਸਾਨੂੰ ਰਿਟਰਨ 'ਚ ਦਿਓ, ਲੱਕੜ ਦਾ ਮੁੰਡਾ ਨਹੀਂ ਚਾਹੀਦਾ। ਤਾਂ ਉੱਥੇ ਕੀ ਹੋਇਆ, ਗੱਲੀ ਬਾਤੀ ਟਾਈਮ ਟਪਾਇਆ ਗਿਆ, ਅੱਜ ਡਾਕਟਰਾਂ ਨੇ ਹੜਤਾਲ ਅੱਗੇ ਵਧਾਈ ਹੈ। ਉਹਦਾ ਕਾਰਨ ਕੀ ਹੈ ਕਿ ਸਾਨੂੰ ਲਿਖਤੀ ਦਿਓ, ਇੱਕ ਵੀ ਇਹਨਾਂ ਦੀ ਜਿਹੜੀ ਮੰਗ ਆ ਉਹ ਗੈਰ ਵਾਜਬ ਨਹੀਂ ਜਾਪਦੀ, ਕਿਉਂਕਿ ਮੰਗਾਂ ਇਹਨਾਂ ਦੀਆਂ ਤਿੰਨ ਨੇ। ਕਿਹੜੀਆਂ ਕਿਹੜੀਆਂ? ਪਹਿਲਾ, ਸਟਾਫ ਪੂਰਾ ਕਰੋ, ਇੱਕ ਇੱਕ ਡਾਕਟਰ ਦੇ ਉੱਪਰ ਲਗਭਗ ਚਾਰ ਚਾਰ ਡਾਕਟਰਾਂ ਦਾ ਬੋਝ ਹੈ, ਮਰੀਜ਼ਾਂ ਅਤੇ ਡਾਕਟਰਾਂ ਦਾ ਕਲੇਸ਼ ਪੈਂਦਾ। ਮਰੀਜ਼ ਕਹਿੰਦੇ ਆ ਤੁਸੀਂ ਛੇਤੀ ਚੈੱਕ ਨਹੀਂ ਕਰਦੇ, ਅੱਧੇ ਮਰੀਜ਼ ਮੁੜ ਜਾਂਦੇ ਨੇ, ਹੁਣ ਇੱਕ ਡਾਕਟਰ ਕਿੰਨਿਆਂ ਨੂੰ ਚੈੱਕ ਕਰੇ? ਮਰੀਜ਼ ਆਪਦੀ ਥਾਂ ਸੱਚੇ ਨੇ, ਡਾਕਟਰ ਆਪਦੀ ਥਾਂ, ਕਿਉਂਕਿ ਜਿੱਥੇ ਚਾਰ ਡਾਕਟਰਾਂ ਦੀ ਲੋੜ ਹੈ ਉੱਥੇ ਇੱਕ ਹੋਏਗਾ ਤਾਂ ਕੰਮ ਕਿਵੇਂ ਚੱਲੇਗਾ? ਦੂਜੇ ਨੰਬਰ 'ਤੇ ਇੱਥੇ ਜਦੋਂ ਅਲਟਰਾਸਾਊਂਡ, ਹੁਣ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਅਲਟਰਾਸਾਊਂਡ ਦੀ ਲੋੜ ਹੈ, ਜਦੋਂ ਰੇਡੀਓਲੋਜਿਸਟਰੀ ਡਾਕਟਰ ਹੀ ਹੈ ਨਹੀਂ ਤਾਂ ਉਹ ਕਰੂਗਾ ਕੌਣ? ਇੱਧਰ ਬੱਚਾ ਜੱਚਾ ਦੀਆਂ ਸੁਵਿਧਾਵਾਂ ਦੇ ਬਹੁਤ ਵੱਡੇ ਬੋਰਡ ਲਾਏ ਹੋਏ ਨੇ ਸੜਕਾਂ 'ਤੇ, ਉਹਨਾਂ ਬੋਰਡਾਂ ਦੀ ਕੀ ਵਾਜਬੀਅਤ ਰਹਿ ਜਾਂਦੀ ਹੈ? ਸੋ ਪੰਜਾਬ ਸਰਕਾਰ ਨੂੰ ਗਿਰੇਬਾਨ 'ਚ ਝਾਕਣਾ ਚਾਹੀਦਾ। ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਇਹ ਮੰਗਾਂ ਦੀ ਗੱਲ ਕਰ ਰਹੇ ਹੋ, ਇਕੱਲੇ ਡਾਕਟਰਾਂ ਦੀਆਂ ਨਹੀਂ, ਇਹ ਤਾਂ ਮਰੀਜ਼ਾਂ ਦੀਆਂ ਵੀ ਬਣਦੀਆਂ ਨੇ। ਬਿਲਕੁਲ ਜੀ, ਇਹ ਮਰੀਜ਼ਾਂ ਦੀਆਂ ਵੀ ਨੇ। ਜੇ ਦੇਖਿਆ ਜਾਵੇ ਤਾਂ ਪਹਿਲਾਂ ਮਰੀਜ਼ ਆਉਂਦਾ ਹੈ, ਕਿਉਂਕਿ ਜਦੋਂ ਦਾ ਸਰਕਾਰ ਨੇ ਮੁਫਤ ਦਵਾਈਆਂ ਦਾ ਜਿਹੜੀ ਮੁਹਿੰਮ ਚਲਾਈ ਆ ਜੀ, ਮਰੀਜ਼ ਅਸੀਂ ਦੇਖਿਆ ਹਸਪਤਾਲਾਂ 'ਚ ਕਾਫੀ ਵੱਧ ਗਏ ਨੇ ਜੀ। ਪਹਿਲਾਂ ਮਰੀਜ਼ ਨੂੰ ਪਰਚੀ ਕਟਾਉਣ ਲੱਗਿਆਂ ਲਾਈਨ ਲਾਉਣੀ ਪੈਂਦੀ ਆ,
7 ਵਜੇ ਦੇ ਮਰੀਜ਼ ਆ ਜਾਂਦੇ ਆ ਜੀ, ਫਿਰ ਡਾਕਟਰ ਦੇ ਕੋਲ, ਕਿਉਂਕਿ ਹਰ ਮਰੀਜ਼ ਨੂੰ ਚੈੱਕ ਕਰਨਾ, ਜੇ ਚੰਗੀ ਤਰ੍ਹਾਂ ਚੈੱਕ ਕਰਨਾ ਹੈ, ਅਸੀਂ ਸਾਰੇ ਜਾਣੇ, ਜੇ 2 ਵਜੇ ਛੁੱਟੀ ਹੋ ਜਾਂਦੀ ਆ ਅਤੇ 3-4 ਵਜੇ ਤੋਂ ਪਹਿਲਾਂ ਕੋਈ ਵੀ ਡਾਕਟਰ ਇੱਥੋਂ ਜਾਂਦਾ ਨਹੀਂ ਹੈ, ਮਰੀਜ਼ਾਂ ਨੂੰ ਚੈੱਕ ਕਰਨਾ ਪੈਂਦਾ। ਉਸ ਤੋਂ ਬਾਅਦ ਫਿਰ ਉੱਥੇ ਜਾ ਕੇ ਜਦੋਂ ਉਹਨੇ ਦਵਾਈ ਲੈਣੀ ਹੈ ਮੁਫਤ, ਜਿਹੜੀਆਂ ਸਰ ਅਸੀਂ ਦਿੰਦੇ ਹਾਂ ਜੀ, ਔਰ ਜੇ ਇਹੀ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਸਟਾਫ ਦੀ ਕਮੀ ਪੂਰੀ ਹੋਏਗੀ ਹਰ ਜਗ੍ਹਾ 'ਤੇ, ਜੇ ਮੰਨ ਲਓ ਉੱਥੇ ਜਦੋਂ ਦਵਾਈਆਂ ਵੰਡਣੀਆਂ ਨੇ ਉੱਥੇ ਜਿਹੜੀ ਆ ਉਹ ਸਟਾਫ ਦੀ ਕਮੀ ਪੂਰੀ ਹੋਏਗੀ, ਡਾਕਟਰਸ ਜਿਹੜੇ ਨੇ ਜਿੱਥੇ ਘੱਟ ਨੇ ਉੱਥੇ ਪੂਰੇ ਹੋਣਗੇ, ਮਰੀਜ਼ਾਂ ਨੂੰ ਆਪੇ ਲਾਈਨਾਂ ਨਹੀਂ ਲਾਉਣੇ, ਮਰੀਜ਼ ਦੀ ਜਿਹੜੀ ਬਿਮਾਰੀ ਆਉਂਦੀ ਤਾਂ ਠੀਕ ਹੋ ਜਾਂਦੀ, ਉਹਨੂੰ ਟਾਈਮਲੀ ਜਦੋਂ ਇਲਾਜ ਮਿਲ ਜਾਂਦਾ ਜੀ ਜੀ। ਸੋ ਇਸ ਹਿਸਾਬ ਦੇ ਨਾਲ ਦੂਸਰਾ ਇਹ ਹੈ ਕਿ ਜਿਹੜਾ ਸਾਡਾ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਜਿਹੜਾ ਹੈਗਾ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਨੂੰ ਜਿਹੜੀ ਆ ਉਹ ਟਾਈਮਲੀ ਜਿਹੜਾ ਤਰੱਕੀ ਨਹੀਂ ਦਿੱਤੀ ਜਾਂਦੀ, ਉਹਦੇ ਨਾਲ ਮਨੋਬਲ ਡਿੱਗਦਾ ਸਾਡਾ, ਬਿਲਕੁਲ ਬਿਲਕੁਲ ਮਨੋਬਲ ਡਿੱਗਦਾ ਹੈ ਕਿ ਅਸੀਂ ਪੜ੍ਹਾਈਆਂ ਕੀਤੀਆਂ ਨੇ ਔਰ ਅਸੀਂ ਆਪਣਾ ਤਨਦੇਹੀ ਦੇ ਨਾਲ ਆਪਣਾ ਪੂਰਾ ਅਸੀਂ ਜ਼ੋਰ ਲਗਾ ਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਾਂ। ਜੇ ਡਾਕਟਰ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰਦੇ ਕਿ ਅਸੀਂ ਆਪਣੇ ਜਿਹੜੇ ਸਿਵਲ ਦੇ ਜਿਹੜੇ ਪ੍ਰਾਈਵੇਟ ਦੇ ਡਾਕਟਰ ਉਹਨਾਂ ਨਾਲ ਪਿੱਛੇ ਪੈ ਰਹੇ ਹਾਂ ਅਸੀਂ ਜੀ, ਔਰ ਜਿਸ ਤਰ੍ਹਾਂ ਕਿ ਨਵੀਆਂ ਟੈਕਨੋਲੋਜੀਜ਼ ਨੇ, ਹੁਣ ਸਾਨੂੰ ਕੰਧੇ ਨਾ ਕੰਧਾ ਮਿਲਾ ਕੇ ਚੱਲਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਵੀ ਇਸ ਚੀਜ਼ ਨੂੰ ਹਾਈਲਾਈਟ ਕੀਤਾ, ਜੇ ਰੇਡੀਓਲੋਜਿਸਟ ਨਹੀਂ ਸਾਡੇ ਕੋਲ ਹੈ ਜਾਂ ਬਾਕੀ ਸਟਾਫ ਨਹੀਂ ਹੈ ਤਾਂ ਅਸੀਂ ਕਿਵੇਂ ਇਲਾਜ ਕਰ ਸਕਾਂਗੇ ਸਾਰਾ ਜੀ, ਕਿਉਂਕਿ ਸਰਕਾਰ ਦੇ ਪਾਰਟ ਹਾਂ ਅਸੀਂ, ਆਪਣੀ ਇਹ ਮੰਗਾਂ ਇੱਕ ਰਿਜੈਂਟਮੈਂਟ ਦੇ ਤੌਰ 'ਤੇ ਅਸੀਂ ਤਾਂ ਹੀ ਅਸੀਂ ਸੜਕ 'ਤੇ ਆਏ ਹਾਂ, ਤਾਂ ਹੀ ਅਸੀਂ ਦਰਿਆ 'ਤੇ ਆਏ ਹਾਂ ਕਿ ਦੱਸ ਸਕੀਏ ਵੀ ਮਰੀਜ਼ਾਂ ਦੇ ਲਈ ਕੀ ਜ਼ਰੂਰੀ ਆ। ਅਲਟੀਮੇਟਲੀ ਇਹਦਾ ਫਾਇਦਾ ਮਰੀਜ਼ਾਂ ਨੂੰ ਹੀ ਆਉਣ ਵਾਲਾ, ਕਿਉਂਕਿ ਅਸੀਂ ਆਪਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਸੇਵਾ ਦੇ ਵਿੱਚ ਅਸੀਂ ਆਪਣੇ ਆਪ ਨੂੰ ਅਰਪਿਤ ਕਰ ਦਈਏ, ਪਰ ਤਾਂ ਹੀ ਕਰ ਸਕਦੇ ਹਾਂ ਜੇ ਸਾਡੇ ਕੋਲ ਸਾਡਾ ਸਰੀਰਕ, ਅਸੀਂ ਤਾਂ ਹੀ ਜੇ ਸਟਾਫ ਪੂਰਾ ਹੋਏਗਾ ਤਾਂ ਹੀ ਸਾਡੇ ਉੱਤੇ ਬੋਝ ਨਹੀਂ ਹੋਏਗਾ, ਦੂਸਰਾ ਹੀ ਸਾਡੀ ਸਿਕਿਉਰਿਟੀ ਹੋਏਗੀ, ਅਸੀਂ ਮਾਹੌਲ ਡਰ ਦੇ ਮਾਹੌਲ ਦੇ ਵਿੱਚ ਕੰਮ ਨਹੀਂ ਕਰਾਂਗੇ। ਸਾਡੇ ਜਿਹੜੇ ਕੁਲੀਗਸ ਨੇ ਫੀਮੇਲਸ ਨੇ, ਹੁਣ ਤੁਸੀਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਜਦੋਂ ਦਾ ਆ ਹੜਤਾਲ ਸ਼ੁਰੂ ਹੋਈ ਹੈ ਉਹਦੇ ਬਾਵਜੂਦ ਹੀ 4 ਇੰਸੀਡੈਂਟਸ ਪੰਜਾਬ ਦੇ ਵਿੱਚ ਇੱਦਾਂ ਦੇ ਹੋ ਚੁੱਕੇ ਆ ਜਿੱਥੇ ਕਿ ਡਾਕਟਰਸ ਦੇ ਨਾਲ ਮਿਸਬਿਹੇਵ ਕੀਤਾ, ਉਹ ਗੱਲ ਕੁਛ ਵੀ ਨਹੀਂ ਹੁੰਦੀ ਜੀ ਜੀ ਜੀ। ਮਰੀਜ਼ ਵੀ ਜਿਹੜਾ ਆਉਂਦਾ ਉਹ ਕਹਿੰਦਾ ਸਾਨੂੰ ਟਾਈਮਲੀ ਜਿਹੜਾ ਅਟੈਂਡ ਕੀਤਾ ਜਾਵੇ, ਸਟਾਫ ਦੀ ਪਹਿਲਾਂ ਹੀ ਕਮੀ ਆ, ਔਰ ਇੱਕ ਜਿਹੜਾ ਡਾਕਟਰ ਆ ਇਹ ਕੋਈ ਪੰਸਾਰੀ ਦੀ ਦੁਕਾਨ 'ਤੇ ਹੈ ਨਹੀਂ ਆ ਕਿ ਉਹ ਉੱਧਰ ਵੀ ਕਰ ਲਿਆ ਉੱਧਰ ਵੀ ਕਰ ਲਿਆ, ਮਰੀਜ਼ ਦੇ ਲਈ ਪੂਰਾ ਦਾ ਪੂਰਾ ਧਿਆਨ ਦੇਣਾ ਪੈਂਦਾ। ਸੋ ਅਲਟੀਮੇਟਲੀ ਇਹਨੇ ਨਟਸ਼ੈਲ ਜਿਹੜਾ ਇਹ ਮਰੀਜ਼ਾਂ ਦੀ ਬਿਹਤਰੀ ਲਈ ਆ। ਸੋ ਅਸੀਂ ਸਗੋਂ ਮਰੀਜ਼ਾਂ ਦੇ ਲਈ ਅਸੀਂ ਆਪ ਸਗੋਂ ਨਿਤਰੇ ਹਾਂ, ਸੋ ਸਾਡੀ ਆਵਾਜ਼ ਨੂੰ ਸਮਝਿਆ ਜਾਵੇ ਔਰ ਅਲਟੀਮੇਟਲੀ ਇਹ ਸਿਹਤ ਨੂੰ ਅਪਗ੍ਰੇਡ ਕਰਨ ਵਾਸਤੇ ਜੀ। ਡਾਕਟਰਾਂ ਦੀ ਸਪੋਰਟ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਆਈਆਂ ਹੋਈਆਂ ਨੇ, ਕੁਝ ਜਿਹੜੀਆਂ ਹੋਰ ਮੁਲਾਜ਼ਮਾਂ ਦੀਆਂ ਅਤੇ ਜਮਹੂਰੀ ਜਥੇਬੰਦੀਆਂ ਵੀ ਡਾਕਟਰਾਂ ਦੀ ਸਪੋਰਟ 'ਚ ਉਤਰੀਆਂ ਨੇ। ਮੈਨੂੰ ਲੱਗਦਾ ਡਾਕਟਰ ਉਹ ਲੜਾਈ ਲੜ ਰਹੇ ਨੇ ਜਿਹੜੀ ਲੜਾਈ ਆਮ ਜਨਤਾ ਦੀ ਹੈ, ਤਾਂ ਇਹ ਕੋਈ ਲੜਾਈ ਨਹੀਂ ਹੈ, ਇਹ ਲੜਾਈ ਤੋਂ ਵੀ ਗਾਂ ਉਹ ਬੁਨਿਆਦੀ ਲੋੜਾਂ ਦੀ ਪੂਰਤੀ ਦੀ ਆਵਾਜ਼ ਹੈ ਜਿਹੜੀ ਹਰ ਥਾਂ ਮਿਲਣੀ ਚਾਹੀਦੀ ਹੈ। ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਮਨੋਬਲ ਦੀ, ਤਾਂ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਜਿਹੜੇ ਜਦੋਂ ਪ੍ਰਗਟ ਸਿੰਘ MLA ਨੇ ਇਹ ਕਿਹਾ ਕਿ ਪੁਲਿਸ 'ਚ ਕਾਲੀਆਂ ਭੇਡਾਂ ਨੇ ਉਹਨਾਂ ਦੀ ਪਛਾਣ ਹੋਵੇ, ਤਾਂ ਦੂਜੇ ਪਾਸੋਂ ਆਵਾਜ਼ ਆਈ ਕਿ ਜੇਕਰ ਇੰਜ ਕਰਾਂਗੇ ਤਾਂ ਪੁਲਿਸ ਦਾ ਮਨੋਬਲ ਗਿਰੇਗਾ, ਤਾਂ ਜੇਕਰ ਉਹਨਾਂ ਦੇ ਮਨੋਬਲ ਦੀ ਚਿੰਤਾ ਹੈ ਅਤੇ ਉੱਥੇ ਟਰੇਸ ਵੀ ਕਰਨ ਤੋਂ ਗੁਰੇਜ਼ ਹੈ, ਤਾਂ ਡਾਕਟਰਾਂ ਦੇ ਮਨੋਬਲ ਦੀ ਚਿੰਤਾ ਵੀ ਚਾਹੀਦੀ ਹੈ। ਜੇਕਰ ਤਰੱਕੀਆਂ ਨਹੀਂ ਮਿਲਣਗੀਆਂ ਤਾਂ ਫਿਰ ਕਿਵੇਂ ਸਰਕਾਰੀ ਹਸਪਤਾਲਾਂ 'ਚ ਕੋਈ ਡਾਕਟਰ ਰਹੇਗਾ? ਇੱਕ MBBS ਦੀ ਪੜ੍ਹਾਈ ਤੱਕ ਸਾਰਾ ਘਰ ਲਾਉਣ ਤੱਕ ਦੀ ਨੌਬਤ ਆ ਜਾਂਦੀ ਆ, ਤਾਂ ਉਸ ਤੋਂ ਬਾਅਦ ਜੇਕਰ ਸਰਕਾਰੀ ਹਸਪਤਾਲਾਂ 'ਚ ਕੁਛ ਮਿਲੇਗਾ ਨਹੀਂ ਤਾਂ ਫਿਰ ਡਾਕਟਰ ਕਿਵੇਂ ਨਹੀਂ ਆਪਣੇ ਪ੍ਰਾਈਵੇਟ ਕਲੀਨਿਕ ਖੋਲ੍ਹਣਗੇ? ਫਿਰ ਕਿਵੇਂ ਨਹੀਂ ਉਹ ਪ੍ਰਾਈਵੇਟ ਹਸਪਤਾਲਾਂ 'ਚ ਜਾਣਗੇ? ਫਿਰ ਸਰਕਾਰੀ ਹਸਪਤਾਲਾਂ 'ਚ ਲੱਗੇਗਾ ਕੌਣ? ਸੋ ਆਮ ਲੋਕਾਂ ਨੂੰ ਕਿਹਨਾਂ ਦੇ ਪੱਲੇ ਪਾਉਣਾ ਚਾਹੁੰਦੀ ਆ ਸਰਕਾਰ? ਜਿਹੜਾ ਕਾਬਲ ਡਾਕਟਰ ਹੈ
ਉਹ ਤਾਂ ਭਾਈ ਘਰ ਚਲਾਉਣ ਲਈ ਉਹਨੂੰ ਚਾਹੀਦਾ, ਉਹਨੂੰ ਤਰੱਕੀ ਚਾਹੀਦੀ, ਉਹਨੂੰ ਸਿਕਿਉਰਟੀ ਚਾਹੀਦੀ, ਉਹਨੂੰ ਸਾਰਾ ਕੁਛ ਚਾਹੀਦਾ। ਸੋ ਪੰਜਾਬ ਸਰਕਾਰ ਜੇ ਸੱਚਮੁੱਚ ਲੋਕ ਹਿੱਤੂ ਹੈ ਤਾਂ ਮੈਨੂੰ ਲੱਗਦਾ ਕਿ ਡਾਕਟਰਾਂ ਦੀਆਂ ਮੰਗਾਂ ਦੇ ਉੱਪਰ ਤੁਰੰਤ ਧਿਆਨ ਦੇਣਾ ਚਾਹੀਦਾ। ਗੱਲੀ ਬੱਤੀ ਨਹੀਂ, ਜਿਵੇਂ ਸਰਕਾਰ ਦਾਅਵਾ ਕਰਦੀ ਹੈ ਉਹਨੂੰ ਅਮਲ ਦੇ ਵਿੱਚ ਲਾਗੂ ਕਰਨਾ ਚਾਹੀਦਾ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ, ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀ ਵੀ, ਮੇਰੇ ਨਾਲ ਕੈਮਰੇ 'ਤੇ ਕਮਲਜੀਤ ਕੌਰ, ਬਹੁਤ ਮਿਹਰਬਾਨੀ, ਸ਼ੁਕਰੀਆ।